الحمد لله الحمد لله رب العالمين والعاقبة للمتقين والصلاة والسلام على سيد الرسل والصلاة والسلام على سيد الرسل وخاتم الأنبياء والمرسلين وعلى آله وأصحابه أجمعين أما بعد فأعوذ بالله من الشيطان الرجيم بسم الله الرحمن الرحيم ما كان محمد أبا أحد من رجالكم ولكن رسول الله وخاتم النبيين وكان الله بكل شيء عليما قال النبي صلى الله تعالى عليه وسلم أنا خاتم النبيين لا نبي بعدي او كما قال عليه الصلاة والسلام صدق الله العظيم وصدق رسوله النبي الكريم الأمين ونحن على ذلك لمن الشاهدين والشاكرين والحمد لله رب العالمين محمد مصطفیٰ اے بہارا مسکرا پیاں کھڑے سب پھل تے کلیاں ہزاراں مسکرا پیاں کھڑے سن منتظر سارے نبی اقصا دی مسجد وچ امام الانبیاء آئے کتاراں مسکرا پہیاں ازل تو محروم سن جڑیاں قربت دی لذت تو قدم رکھیا نبی سونے تیواراں مسکرا پہیاں یا رب صلی و سلم دائمًا ابدًا علی حبیبک خیر الخلق کلہم تمام احباب محبت نال درود پاک پڑھ لو اللہم صلی علی محمد و علی آل محمد کما صلیت علی ابراہیم و علی آل ابراہیم انک حمید مجید اللہم بارک علی محمد و علی آل محمد کما بارکت علی ابراہیم و علی آل ابراہیم انک حمید مجید واجب الاحترام قابل صد احترام عزیز بھائیو بزرگو دوستو اج دا عظیم الشان پروگرام ختم نبوت دے مقدس عنوان تو معنون ہے اللہ رب العزت دی بارگاہ دے اندر دعا ہے اللہ پاک ساڈا ساریاں دا ایتھے مل بیٹھنا اپنی بارگاہ عالی دے اندر قبول فرما لے آپ سب اگے آ جاؤ تے اے صوفے تے آؤں ہاں کدے واسطے اگے کی آ جاؤ ساتھی اے ویکھنا جگہ ہے ماشاءاللہ آ جاؤ اللہ پاک جزائے خیر عطا فرمائے جیڑا تے بندہ بڈھا ہے چلو وہ تے ٹیک لا لے وہ تے مجبوری جوان بندے تے ٹیک نہیں نہ لانا چاہیے
ਇਸ ਸਾਈਡ ਤੇ ਆ ਜਾਓ ਕੁਝ ਬੰਦੇ, ਇਨਸ਼ਾਅੱਲਾ ਮਜਮਾ ਬਣ ਜਾਏਗਾ। ਤੁਸੀਂ ਪੁੱਤਰ ਥੋੜਾ ਥੋੜਾ ਨਾਲ ਲੱਗੋ ਹਾਂ ਇਧਰ ਨੂੰ, ਹਾਂ ਪਰਾਂ ਨੂੰ ਹਾਂ ਥੋੜਾ, ਇਹ ਫਰੰਟ ਸੀਟਾਂ ਛੱਡੋ ਹਾਂ ਜ਼ਰਾ। ਅਸਲ ਪਹਿਲੇ ਮੌਲਵੀ ਵਾਸਤੇ ਕਿ ਵੀ ਕੰਮ ਹੁੰਦਾ, ਉਹਨੇ ਮਜਮੇ ਨੂੰ ਸਿੱਧਾ ਪਤਨਾ ਕਰਨਾ ਤੇ ਫਿਰ ਹੀ ਬਿਆਨ ਕਰਨਾ। ਹਾਂ ਇੱਧਰ ਆਓ ਹਾਂ, ਮਾਸ਼ਾਅੱਲਾ ਆ ਜਾਓ, ਆ ਜਾਓ, ਆ ਜਾਓ, ਆ ਜਾਓ ਇੱਧਰੋਂ ਸਾਥੀ, ਇੱਧਰ ਕੋਈ ਦੋ ਚਾਰ ਆ ਜਾਣਾ, ਫਿਰ ਬਾਹਰ ਵਾਲੇ ਜਿਹੜੇ ਨੇ ਬੂਹੇ 'ਚ ਆ ਕੇ ਬਹਿ ਜਾਣਗੇ। ਅੱਲਾ ਪਾਕ ਜਜ਼ਾਏ ਖੈਰ ਦੇ, ਜਿਹੜੇ ਸਾਥੀ ਇੱਧਰ ਆਉਣਗੇ ਅੱਲਾ ਬਹੁਤ ਆਜਰ ਦੇਗਾ। ਇਸ ਸਾਈਡ 'ਤੇ ਇੱਧਰ ਸਾਰੇ ਬੱਚੇ ਇਕੱਠੇ ਹੋਣਗੇ ਨਾ, ਫਿਰ ਉਹ ਸ਼ਰਾਰਤਾਂ ਕਰਨਗੇ, ਕੋਈ ਨਾਲ ਸਿਆਣਾ ਬੰਦਾ ਵੀ ਬਹਿ ਜਾਏਗਾ ਨਾ, ਫਿਰ ਉਹ ਡੱਕਣ ਵਾਲਾ ਤਾਂ ਬਣ ਜਾਂਦਾ। ਅੱਛਾ ਦੁਬਾਰਾ ਬੁਲੰਦ ਆਵਾਜ਼ ਨਾਲ ਦਰੂਦ ਪਾਕ ਪੜ੍ਹੋ। اللهم صل على محمد وعلى آل محمد كما صليت على إبراهيم وعلى آل إبراهيم إنك حميد مجيد اللهم بارك على محمد وعلى آل محمد كما باركت على إبراهيم وعلى آل إبراهيم إنك حميد مجيد اجدائے پروگرام حافظ محمد رضوان صاحب ਤੁਹਾਡੀ ਇਸ ਜਾਮਿਆ ਮਸਜਿਦ ਮਦਨੀ ਦੇ ਇਮਾਮ ਖਤੀਬ ਹਜ਼ਰਤ ਮੌਲਾਨਾ ਮੁਹੰਮਦ ਅਸਗਰ ਕਾਸਮੀ ਸਾਹਿਬ, ਅੱਲਾ ਪਾਕ ਮੌਲਾਨਾ ਦੇ ਇਲਮ 'ਚ ਉਮਰ 'ਚ ਬਰਕਤ ਅਤਾ ਫਰਮਾਏ, ਉਹਨਾਂ ਦੀ ਪੁਰਖਲੂਸ ਦਾਵਤ 'ਤੇ ਹਾਜ਼ਰੀ ਹੋਈ ਹੈ। ਅੱਲਾ ਪਾਕ ਸ਼ਰਅ ਸਦਰ ਨਾਲ ਹੱਕ ਔਰ ਸੱਚ ਕਹਿਣ ਦੀ ਤੋਫੀਕ ਅਤਾ ਫਰਮਾ ਦੇ। ਦੀਨ ਦੇ ਕੰਮ ਵਾਸਤੇ ਮੌਲਵੀ ਸਰਵਰ ਸਾਹਿਬ ਪਹਿਲੇ ਸ਼ੁਰੂ 'ਚ ਦੱਸ ਰਹੇ ਸਨ ਨਾ ਕਿ ਰੱਬ ਜਿਹਨੂੰ ਕਬੂਲ ਕਰਦਾ ਉਹਨੂੰ ਤੋਫੀਕ ਦਿੰਦਾ ਆਪਣੇ ਘਰ ਆਉਣ ਦੀ, ਅਤੇ ਜਿਹਨੂੰ ਰੱਬ ਪਸੰਦ ਕਰੇ ਉਹਨੇ ਉਹਦੇ ਘਰ ਆਉਣਾ ਹੈ ਨਾ। ਵੇਖੋ ਨਾ, ਚੌਧਰੀ ਦਾ ਡੇਰਾ ਹੋਵੇ, ਜਿਹਦੀ ਬਣਦੀ ਹੈ ਉਹ ਹੀ ਜਾਂਦਾ ਨਾ। ਹਾਂ ਸੱਚੀ ਗੱਲ ਹੈ ਨਾ, ਜਿਹਦੀ ਨਹੀਂ ਬਣਦੀ ਉਸ ਉੱਤੇ ਕੀ ਲੈਣ ਜਾਣਾ ਸੀ। ਅਤੇ ਜਿਹਦੀ ਰੱਬ ਦੇ ਨਾਲ ਕੋਈ ਤਾਲਕ ਮੁਹੱਬਤ ਹੈ ਤਾਂ ਉਹ ਬੰਦਾ ਆਉਂਦਾ ਵੀ ਮੈਂ ਰੱਬ ਦੇ ਡੇਰੇ 'ਤੇ ਚੱਲਾਂ। ਅਤੇ ਜੇ ਬੰਦਾ ਇਹ ਅਸੀਂ ਇੱਥੇ ਆ ਗਏ ਇਹ ਨਾ ਸਮਝੋ ਅਸੀਂ ਇੰਝ ਹੀ ਚਲਾ ਜਾਣਾ, ਨਹੀਂ, ਰੱਬ ਤੇ ਅਹਕਮੁਲ ਹਾਕਿਮੀਨ, ਸਾਰੀ ਕਾਇਨਾਤ ਦਾ ਰੱਬ ਏ। ਬੰਦਾ ਕਿਸੇ ਚੌਧਰੀ ਦੇ ਡੇਰੇ 'ਤੇ ਚਲਾ ਜਾਏ ਨਾ, ਉਹ ਕਹਿੰਦਾ ਯਾਰ ਮੇਰੇ ਹੁਣ ਡੇਰੇ 'ਤੇ ਆਇਆ, ਚਲ ਕੋਈ ਸ਼ਾਇਦ ਦਿਓ ਉਸ, ਇੰਝ ਹੀ ਨਹੀਂ। ਆ ਵੀ ਚਲੋ ਇਹ ਸਵਾਲ ਕੀਤਾ, ਕੁਛ ਮੰਗਣ ਆਇਆ, ਕੁਝ ਨਹੀਂ ਤਾਂ ਕੋਈ ਲਾਰਾ ਲਾ ਕੇ ਤਾਂ ਘੱਲਦਾ ਹੀ ਹੈ। ਲੇਕਿਨ ਉਹ ਜ਼ਾਤ 'ਤੇ ਬੜੀ ਅਜ਼ੀਮ ਜ਼ਾਤ ਹੈ, ਉਹਦੇ ਦਰ 'ਤੇ ਆਇਆ, ਇਨਸ਼ਾਅੱਲਾ ਰੱਬ ਸਾਡੀਆਂ ਝੋਲੀਆਂ ਭਰੇਗਾ। ਆ ਪੁੱਤਰ ਇਹ ਮਾਰ ਕੇ ਥੋੜ੍ਹੀ ਹੋਰ, ਮੈਂ ਮੂੰਹ ਇੱਧਰ ਨੂੰ ਕਰ ਲੈਂਦਾ, ਮਜਮਾ ਤਾਂ ਸਾਰਾ ਇੱਧਰ ਬਹਿ ਗਿਆ, ਇੱਧਰ ਪ੍ਰਾਇਮਰੀ ਸਕੂਲ ਇੱਧਰ ਬਾਏ ਤਾਂ ਇਕੱਠਿਆਂ ਕਰ ਗਿਆ। ਸਮਝਣ ਵਾਸਤੇ ਦੀਨ ਸੁਣਨਾ ਚਾਹੀਦਾ, ਪਠਾਣਾ ਵਾਲੀ ਕਾਰ ਨਹੀਂ ਕਰਨੀ ਚਾਹੀਦੀ। ਉਸ ਤਵਾਫ ਸ਼ੁਰੂ ਕੀਤਾ ਨਾ, ਬੈਤੁੱਲਾ ਦਾ ਤਵਾਫ, ਵਾਪਸ ਤੁਸੀਂ ਤਾਂ ਉਮਰਾ ਕਰ ਰਹੇ ਹੋ, ਅਤੇ ਉਸ ਤਵਾਫ ਸ਼ੁਰੂ ਕੀਤਾ, ਤਵਾਫ ਤਾਂ ਚੱਲਦਾ ਹੀ ਰਹਿੰਦਾ ਨਾ, ਤਵਾਫ ਕਿਹੜਾ ਰੁਕਣਾ ਹੁੰਦਾ। ਉਸ ਆਖਿਆ ਇਹ ਲਗਾ ਇਹ ਤਵਾਫ ਕਬ ਖਤਮ ਹੋਗਾ, ਹਮ ਸੁਬਹ ਸੇ ਲਗਾ ਹੋਇਆ ਇਹ ਖਤਮ ਹੀ ਨਹੀਂ ਹੋ ਰਿਹਾ। ਉਹਨਾਂ ਕਹਿਣਾ ਇਸ ਨਹੀਂ ਖਤਮ ਹੋਣਾ, ਤੂੰ ਹੀ ਖਤਮ ਹੋਣਾ ਸੁ, ਵੀ ਆਪਣੇ ਚੱਕਰ ਗਿਣ ਲੈ ਦੇ ਆਪਣਾ, ਜਾ ਤੂੰ ਸਾਈਡ 'ਤੇ ਹੋ। ਅਤੇ ਇਸ ਵਾਸਤੇ ਦੀਨ ਨੂੰ ਸਮਝਣਾ ਚਾਹੀਦਾ, ਦੀਨ ਨੂੰ ਸਮਝਣਾ ਚਾਹੀਦਾ। ਮੇਰੇ ਮੌਜੂਦ ਸਾਮੀਨ, ਇਹ ਜਿਹੜੇ ਬਾਹਰ ਸਾਥੀ ਬੈਠੇ ਨੇ, ਜੇ ਤਾਂ ਇਹ ਅੰਦਰ ਆ ਜਾਣ ਤਾਂ ਚੰਗੀ ਗੱਲ, ਇਹ ਕਿਹੜਾ ਕੋਈ ਵੱਖਰੇ ਨੇ ਪਿੰਡ ਵਾਲਿਆਂ ਨੂੰ, ਹਾਂ ਇੱਥੇ ਆਓ। ਹਾਂ ਇਹ ਵੇਖ ਕਿੰਨੀ ਜਗ੍ਹਾ ਪਈ ਅੰਦਰ। ਮੈਂ ਪਹਿਲੇ ਤੁਹਾਨੂੰ ਸਿੱਧਿਆਂ ਪਤਨਿਆਂ ਕਰਨਾ ਹੈ ਅਤੇ ਮੈਂ ਬਿਆਨ ਸ਼ੁਰੂ ਕਰਨਾ, ਬਿਆਨ ਤਾਂ ਅਲਾਮਾ ਸਾਹਿਬ ਕਰਨਗੇ ਨਾ, ਅਤੇ ਮੈਂ ਇੰਨੀ ਦੇਰ ਤੁਹਾਨੂੰ ਕੋਈ ਸਿੱਧਿਆਂ ਪਤਨਿਆਂ 'ਤੇ ਕਰ ਲਵਾਂਗੇ। ਇੰਝ ਤਾਂ ਬਿਆਨ ਨਹੀਂ ਹੁੰਦਾ, ਇੱਕ ਬੰਦਾ ਉਹ ਨੁੱਕਰ 'ਚ ਬੈਠਾ, ਦੂਸਰਾ ਉਹ ਪਰਲੀ 'ਚ, ਤੀਸਰਾ ਉੱਧਰ ਬੈਠਾ ਹੋਵੇ, ਅਤੇ ਤਵੱਜੋ ਨਾਲ ਗੱਲ ਸੁਣੀਏ ਅਤੇ ਗੱਲ ਸਮਝ, ਜੇ ਤਵੱਜੋ ਨਾ ਕਰੋ ਤਾਂ ਗੱਲ ਵੀ ਸਮਝ ਨਹੀਂ ਹੁੰਦੀ। ਉਨਵਾਨ ਹੈ ਖਤਮੇ ਨਬੂਵਤ, ਕੀ ਉਨਵਾਨ ਹੈ? ਇਹ ਹਰ ਮੁਸਲਮਾਨ ਦਾ ਬੁਨਿਆਦੀ ਅਕੀਦਾ ਹੈ, ਹਰ ਮੁਸਲਮਾਨ ਦਾ ਬੁਨਿਆਦੀ ਅਕੀਦਾ ਹੈ ਕਿ ਹਜ਼ੂਰ ਅਲੀ ਸਲਾਤੂ ਵਸਲਾਮ ਤੋਂ ਬਾਅਦ ਕੋਈ ਨਬੀ ਨਹੀਂ ਕੋਈ ਆ ਸਕਦਾ। ਮੇਰੇ ਮਹਬੂਬ ਅਲੀ ਸਲਾਤੂ ਵਸਲਾਮ ਅੱਲਾਹ ਦੇ ਆਖਰੀ ਨਬੀ ਨੇ, ਅੱਲਾਹ ਦੇ ਆਖਰੀ ਨਬੀ ਨੇ। ਮੇਰੇ ਨਬੀ ਤੋਂ ਬਾਅਦ ਕੋਈ ਗੌਸ ਆਏ, ਕੋਈ ਅਬਦਾਲ ਆਏ, ਕੋਈ ਹਾਫਿਜ਼ ਆਏ, ਆਲਿਮ ਆਏ, ਲੇਕਿਨ ਕੋਈ ਨਬੀ ਨਹੀਂ ਆ ਸਕਦਾ।
ਇਹਦੇ ਤੇ ਕੁਰਾਨ ਉਹ ਸੁਨਤ ਦੇ ਬੇਸ਼ੁਮਾਰ ਦਲਾਇਲ ਨੇ। ਲੇਕਿਨ ਇਹ ਯਾਦ ਰੱਖਿਓ, ਦਲੀਲ ਯਾਦ ਰਵੇ ਜਾਂ ਨਾ ਰਵੇ, ਅਗਰ ਕੋਈ ਕਾਦਯਾਨੀ ਗੱਲ ਕਰੇ ਉਹਨੂੰ ਇਹ ਕਹਿਣਾ ਭਾਈ ਸਾਡਾ ਅਕੀਦਾ ਇਹ, ਕੋਈ ਦਲੀਲ ਸਾਡੇ ਕੋਲ ਹੈ ਜਾਂ ਨਹੀਂ ਹੈ, ਲੇਕਿਨ ਸਾਡੇ ਨਬੀ ਤੋਂ ਬਾਅਦ ਕੋਈ ਨਬੀ ਨਹੀਂ। ਕਜ਼ਾਬ ਆ ਸਕਦਾ, ਦਜਾਲ ਆ ਸਕਦਾ, ਲਈਨ ਆ ਸਕਦਾ, ਕੋਈ ਨਬੀ ਬਣ ਕੇ ਨਹੀਂ ਆ ਸਕਦਾ। ਮੇਰੇ ਮਹਿਬੂਬ ਅਲੀ ਸਲਾਤੂ ਵਸਲਾਮ ਨੂੰ ਰੱਬ ਨੇ ਬੜੀਆਂ ਖਸੂਸੀਅਤਾਂ ਤੋਂ ਨਵਾਜ਼ਿਆ, ਜਿਨ੍ਹਾਂ ਦੇ ਅੰਦਰੋਂ ਮੈਂ ਚੰਦ ਖਸੂਸੀਅਤ ਦਾ ਤਜ਼ਕਰਾ ਕਰਾਂਗਾ ਕਿ ਹਜ਼ਰਤ ਆਦਮ ਅਲੈਹਿਮ ਸਲਾਤੂ ਵਸਲਾਮ ਤੋਂ ਲੈ ਕੇ ਜਨਾਬ ਸੈਯਦਨਾ ਈਸਾ ਅਲੈਹਿਮ ਸਲਾਤੂ ਵਸਲਾਮ ਤੱਕ ਕਿਸੇ ਪੈਗੰਬਰ ਕਿਸੇ ਨਬੀ ਦੇ ਅੰਦਰ ਉਹ ਖਸੂਸੀਅਤ ਨਹੀਂ ਜਿਹੜੀ ਖਸੂਸੀਅਤ ਮੇਰੇ ਰੱਬ ਨੇ ਮੇਰੇ ਨਬੀ ਨੂੰ ਅਤਾ ਕੀਤੀ। ਉਹ ਪੁੱਤਰ ਮੈਂ ਤੈਨੂੰ ਪਹਿਲੇ ਵੀ ਡੱਕਿਆ, ਸ਼ੋਰ ਨਹੀਂ ਪਾਉਣਾ ਪੁੱਤਰ, ਉਂਝ ਸੁਭਾਨ ਅੱਲਾ ਕਹਿ ਲਓ ਲੇਕਿਨ ਏਡਾ ਉੱਚੀ ਨਾਰਾ ਨਾ ਲਾਓ। ਸਰ ਮਾਹੌਲ ਨੂੰ ਠੀਕ ਕਰਨਾ, ਖਰਾਬ ਨਹੀਂ ਕਰਨਾ। ਇਹ ਗੱਲ ਜ਼ਰੂਰ ਯਾਦ ਰੱਖਣੀ ਕਿ ਹਜ਼ੂਰ ਅੱਲਾ ਦੇ ਕੀ ਨੇ, ਆਖਰੀ ਨਬੀ, ਆਖਰੀ ਨਬੀ। ਹਜ਼ੂਰ ਤੋਂ ਬਾਅਦ ਕੋਈ ਨਬੀ ਬਣ ਕੇ ਨਹੀਂ ਆ ਸਕਦਾ। ਮੇਰੇ ਮਹਿਬੂਬ ਅਲੀ ਸਲਾਤੂ ਅਸਲਾਮ ਨੂੰ ਰੱਬ ਨੇ ਕਿਤਾਬ ਅਤਾ ਕੀਤੀ, ਬਾਕੀ ਨਬੀਆਂ ਨੂੰ ਵੀ ਕਿਤਾਬਾਂ ਮਿਲੀਆਂ, ਲੇਕਿਨ ਉਹਨਾਂ ਦੇ ਅੰਦਰ ਤਬਦੀਲੀਆਂ ਹੋ ਗਈਆਂ, ਤਰਮੀਮ ਹੋ ਗਈ। ਕੁਰਾਨ ਪਾਕ ਦੇ ਬਾਰੇ ਰੱਬ ਨੇ ਫਰਮਾਇਆ, ਇੰਨਾ ਨਹਿਨੁ ਨਜ਼ਲਨ ਜ਼ਿਕਰਾ ਵਇਨਾ ਲਹੂ ਲਹਾਫਿਜ਼ੂਨ। ਮੇਰਿਆ ਸੋਹਣਿਆ, ਜਿਹੜਾ ਮੈਂ ਆਪਣਾ ਕਲਾਮ ਤੇਰੇ ਕਲਬੇ ਅਤਹਰ ਤੇ ਨਾਜ਼ਲ ਕੀਤਾ, ਇਹਦਾ ਹਿਫਾਜ਼ਤਾਂ ਵੀ ਮੈਂ ਰੱਬ ਨੇ ਆਪ ਕਰਨੀਆਂ। ਮੈਂ ਕਿਹਾ ਯਾ ਅੱਲਾ, ਤੌਰਾਤ ਵੀ ਤੇਰੀ ਕਿਤਾਬ ਏ, ਮੂਸਾ ਅਲੈਹਿਮ ਸਲਾਤੂ ਵਸਲਾਮ ਨੂੰ ਤੂੰ ਅਤਾ ਕੀਤੀ, ਇੰਜੀਲ ਵੀ ਤੇਰੀ ਕਿਤਾਬ ਏ, ਹਜ਼ਰਤ ਈਸਾ ਨੂੰ ਤੂੰ ਅਤਾ ਕੀਤੀ, ਜ਼ਬੂਰ ਵੀ ਤੇਰੀ ਕਿਤਾਬ ਏ, ਹਜ਼ਰਤ ਦਾਊਦ ਪੈਗੰਬਰ ਨੂੰ ਤੂੰ ਅਤਾ ਕੀਤੀ। ਯਾ ਅੱਲਾ, ਬਾਕੀ ਕਿਤਾਬਾਂ ਦੇ ਅੰਦਰ ਤਬਦੀਲੀਆਂ ਹੋ ਗਈਆਂ, ਕੁਰਾਨ ਦੀ ਜ਼ਿੰਮੇਦਾਰੀ ਤੂੰ ਰੱਬ ਨੇ ਆਪ ਉਠਾਈ ਏ। ਅੱਲਾ ਫਰਮਾਉਂਦੇ ਨੇ, ਦਾਊਦ ਪੈਗੰਬਰ ਤੋਂ ਬਾਅਦ ਸੁਲੇਮਾਨ ਅਲੀ ਸਲਾਤੂ ਅਸਲਾਮ ਪੈਗੰਬਰ ਬਣ ਕੇ ਆਏ, ਮੂਸਾ ਅਲੀ ਸਲਾਤੂ ਅਸਲਾਮ ਤੋਂ ਬਾਅਦ ਨਬੂਵਤ ਦਾ ਸਿਲਸਿਲਾ ਚੱਲ ਰਿਹਾ ਸੀ, ਹਜ਼ਰਤ ਈਸਾ ਤੋਂ ਬਾਅਦ ਨਬੂਵਤ ਦਾ ਸਿਲਸਿਲਾ ਚੱਲ ਰਿਹਾ ਸੀ, ਮੇਰੇ ਨਬੀ ਤੋਂ ਬਾਅਦ ਨਬੂਵਤ ਦਾ ਸਿਲਸਿਲਾ ਖਤਮ ਏ। ਮੈਂ ਆਪਣੇ ਨਬੀ ਦੀ ਸ਼ਰੀਅਤ ਨੂੰ ਮਹਿਫੂਜ਼ ਕਰਕੇ ਰੱਖਾਂਗਾ ਤਾਂ ਕਿ ਕਿਆਮਤ ਦੀ ਸਵੇਰ ਤੱਕ ਹਰ ਆਉਣ ਵਾਲਾ ਇਨਸਾਨ ਮੇਰੇ ਨਬੀ ਦੀ ਸ਼ਰੀਅਤ ਤੇ ਅਮਲ ਕਰ ਸਕੇ। ਇਹਦੀ ਸ਼ਰੀਅਤ ਦੀ ਮੈਂ ਹਿਫਾਜ਼ਤ ਕਰਨੀ, ਇਹਦੀ ਸ਼ਰੀਅਤ ਦੀ, ਕਿਉਂ ਹੁਣ ਨਬੀ ਤੇ ਨਹੀਂ ਆਉਣਾ, ਬਾਕੀ ਅੰਬੀਆ ਅਲੈਹਿਮ ਸਲਾਤੂ ਵਸਲਾਮ ਦੀਆਂ ਸੀਰਤਾਂ ਮਹਿਫੂਜ਼ ਨਹੀਂ। ਚੰਦ ਗੱਲਾਂ ਈਸਾਈਆਂ ਨੂੰ ਹਜ਼ਰਤ ਈਸਾ ਦੀ ਮਾਲੂਮ ਨੇ, ਯਹੂਦੀਆਂ ਨੂੰ ਹਜ਼ਰਤ ਮੂਸਾ। ਇਹ ਵੀ ਗੱਲ ਯਾਦ ਰੱਖਿਓ, ਅਸੀਂ ਮੁਸਲਮਾਨ ਹਜ਼ਰਤ ਆਦਮ ਤੋਂ ਲੈ ਕੇ ਹਜ਼ਰਤ ਈਸਾ ਤੱਕ ਤਮਾਮ ਅੰਬੀਆ ਅਲੈਹਿਮ ਸਲਾਤੂ ਵਸਲਾਮ ਨੂੰ ਮੰਨਦੇ ਹਾਂ, ਉਹਨਾਂ ਤੇ ਈਮਾਨ ਰੱਖਣੇ ਆ, ਉਹਨਾਂ ਦੀ ਇੱਜ਼ਤ ਉਹਨਾਂ ਦਾ ਇਹਤਰਾਮ ਇਹ ਸਾਡੇ ਤੇ ਲਾਜ਼ਮ ਹੈ। ਇਹ ਸਾਡੇ ਤੇ ਕੀ ਹੈ? ਇਹ ਸਾਡੇ ਤੇ ਲਾਜ਼ਮ ਹੈ। ਮੇਰੇ ਵਾਸਤੇ ਸਾਮੀਨ, ਮੇਰੇ ਮਹਿਬੂਬ ਅਲੀ ਸਲਾਤੂ ਵਸਲਾਮ ਦੀ ਸੀਰਤ ਨੂੰ ਰੱਬ ਨੇ ਐਸਾ ਮਹਿਫੂਜ਼ ਕੀਤਾ ਕਿ ਮੇਰੇ ਮਹਿਬੂਬ ਪੈਦਾ ਹੋਏ, ਅੱਜ ਸੀਰਤ ਪੜ੍ਹੋ ਉਹਦੇ ਅੰਦਰ ਸਾਰਾ ਕੁਝ ਮੌਜੂਦ ਹੈ ਕਿ ਮੇਰੇ ਮਹਿਬੂਬ ਮਖਤੂਨ ਪੈਦਾ ਹੋਏ, ਮੇਰੇ ਮਹਿਬੂਬ ਅਲੀ ਸਲਾਤੂ ਵਸਲਾਮ ਦਾ ਬਚਪਨ, ਮੇਰੇ ਨਬੀ ਦਾ ਲੜਕਪਨ, ਮੇਰੇ ਨਬੀ ਦੀ ਜਵਾਨੀ, ਮੇਰੇ ਨਬੀ ਦੇ ਨਿਕਾਹ, ਕਿੰਨਾ ਔਰਤਾਂ ਦੇ ਨਾਲ ਮੇਰੇ ਨਬੀ ਦਾ ਨਿਕਾਹ ਹੋਇਆ, ਮੇਰੇ ਨਬੀ ਦੀਆਂ ਬੇਟੀਆਂ ਕਿਤਨੀਆਂ ਨੇ, ਮੇਰੇ ਨਬੀ ਦੇ ਬੇਟੇ ਕਿਤਨੇ ਨੇ, ਮੇਰੇ ਮਹਿਬੂਬ ਨੇ ਕਿਤਨੇ ਹੱਜ ਕੀਤੇ ਨੇ, ਮੇਰੇ ਨਬੀ ਨੇ ਕਿਤਨੇ ਉਮਰੇ ਕੀਤੇ ਨੇ, ਮੇਰੇ ਨਬੀ ਦਾ ਲੇਟਣ ਦਾ ਅੰਦਾਜ਼ ਕੀ ਸੀ, ਮੇਰੇ ਨਬੀ ਦਾ ਖਾਣਾ ਖਾਣ ਦਾ ਤਰੀਕਾ ਕੀ ਸੀ, ਮੇਰੇ ਨਬੀ ਦੀ ਨਮਾਜ਼ ਦਾ ਤਰੀਕਾ ਕੀ ਸੀ।
ਹੱਤਾ ਕਿ ਮੇਰੇ ਮਹਿਬੂਬ ਨੇ ਬੈਤੁੱਲਾ ਤੋਂ ਲੈ ਕੇ ਬੈਤੁਲ ਖਲਾ ਤੱਕ ਕਾਇਨਾਤ ਦੇ ਅੰਦਰ ਜੋ ਅਮਲ ਉਮਤ ਨੂੰ ਜ਼ਰੂਰਤ ਸੀ ਮੇਰੇ ਮਹਿਬੂਬ ਨੇ ਹਰ ਉਹ ਅਮਲ ਕਰਕੇ ਦਿਖਾਇਆ। ਮੇਰੇ ਨਬੀ ਦੀ ਤਜਾਰਤ ਦਾ ਤਰੀਕਾ, ਮੇਰੇ ਨਬੀ ਨੇ ਮਜ਼ਦੂਰੀ ਦਾ ਤਰੀਕਾ ਹਰ ਤਰੀਕਾ ਕਰਕੇ ਵੀ ਦਿਖਾਇਆ, ਔਰ ਮੇਰੇ ਨਬੀ ਦੀ ਸਾਰੀ ਸੀਰਤ ਬਚਪਨ ਤੋਂ ਲੈ ਕੇ ਲੜਕਪਨ, ਜਵਾਨੀ ਤੋਂ ਲੈ ਕੇ ਬੁਢਾਪਾ, ਹੱਤਾ ਕੇ ਵਿਸਾਲੇ ਮੁਬਾਰਕ, ਮੇਰੇ ਨਬੀ ਦਾ ਰੋਜ਼ਾ ਮੁਬਾਰਕ, ਮੇਰੇ ਨਬੀ ਦੇ ਯਾਰ, ਮੇਰੇ ਨਬੀ ਦੇ ਗਮਖਾਰ, ਮੇਰੇ ਨਬੀ ਦੇ ਦਮਾਦ, ਮੇਰੇ ਨਬੀ ਦੇ ਸੁਸਰ, ਮੇਰੇ ਨਬੀ ਦਾ ਸੁਸਰਾਲ, ਮੇਰੇ ਨਬੀ ਦਾ ਖਾਨਦਾਨ, ਹਰ ਹਰ ਚੀਜ਼ ਨੂੰ ਮੇਰੇ ਰੱਬ ਨੇ ਮਹਿਫੂਜ਼ ਕਰ ਦਿੱਤਾ ਹੈ। ਮੈਂ ਕਿਹਾ ਯਾ ਅੱਲਾ, ਬਾਕੀ ਨਬੀਆਂ ਦੇ ਬਾਰੇ ਇਤਨੀ ਮਹਿਫੂਜ਼ੀਅਤ ਨਹੀਂ ਰੱਖੀ ਗਈ, ਹੱਤਾ ਕਿ ਅੰਬੀਆ ਅਲੈਹਿਮੁਸਸਲਾਤੂ ਵਸਸਲਾਮ ਦੀ ਕਬਰਾਂ ਮੁਬਾਰਕਾਂ ਦਾ ਅਕਸਰ ਨਹੀਂ ਪਤਾ ਕਿ ਹਜ਼ਰਤ ਆਦਮ ਦੀ ਕਬਰੇ ਅਤਹਰ ਕਿਸ ਜਗ੍ਹਾ ਤੇ, ਹਜ਼ਰਤ ਮੂਸਾ ਦੀ ਕਬਰੇ ਅਤਹਰ ਕਿਸ ਜਗ੍ਹਾ ਤੇ। ਮੇਰੇ ਮਹਿਬੂਬ ਅਲੈਹਿਸਸਲਾਤੂ ਵਸਸਲਾਮ ਦਾ ਰੋਜ਼ਾ ਮੁਬਾਰਕ ਹਰ ਮੁਸਲਮਾਨ ਜਾ ਕੇ ਦਰੂਦ ਪੜ੍ਹਦਾ ਨਜ਼ਰ ਆ ਰਿਹਾ। ਰੱਬ ਕਹਿੰਦਾ ਮੇਰੇ ਨਬੀ ਤੋਂ ਬਾਅਦ ਕਿਆਮਤ ਦੀ ਸਵੇਰ ਆਏਗੀ, ਨਬੀ ਕੋਈ ਪੈਦਾ ਨਹੀਂ ਹੋਣਾ। ਮੈਂ ਆਪਣੇ ਨਬੀ ਦੀ ਸਾਰੀ ਸੀਰਤ ਨੂੰ ਮਹਿਫੂਜ਼ ਇਸ ਲਈ ਕਰਾ ਦਿੱਤਾ ਹੈ ਤਾਂ ਕਿ ਕਿਆਮਤ ਦੀ ਸਵੇਰ ਤੱਕ ਪੈਦਾ ਹੋਣ ਵਾਲਾ ਹਰ ਇਨਸਾਨ ਮੇਰੇ ਨਬੀ ਦੀ ਸੀਰਤ ਪੜ੍ਹ ਕੇ ਉਹਦੇ ਤੇ ਅਮਲ ਕਰ ਸਕੇ। ਮੇਰੇ ਮਹਿਬੂਬ ਤੋਂ ਬਾਅਦ ਕੋਈ ਨਬੀ, ਬੋਲੋ ਬੋਲੋ ਕੋਈ ਨਬੀ, ਉੱਚੀ ਆਵਾਜ਼ ਨਾਲ, ਇਹ ਅਕੀਦਾ ਹੈ ਮੁਸਲਮਾਨ। ਮੇਰੇ ਨਬੀ ਤੋਂ ਬਾਅਦ ਕੋਈ ਨਬੀ, ਮੇਰੇ ਮਹਿਬੂਬ ਅਲੀ ਸਲਾਤੁ ਵਸਲਾਮ ਅੱਲਾ ਦੇ ਆਖਰੀ ਨਬੀ ਨੇ। ਕੀ ਨੇ? ਚੰਦ ਕਲਾਮ ਮੁਕੱਦਸ ਆਯਾਤ ਮੁਬਾਰਕਾਂ ਔਰ ਚੰਦ ਅਹਾਦੀਸ ਮੁਬਾਰਕਾਂ ਤੁਹਾਡੇ ਸਾਹਮਣੇ ਬਤੌਰ ਤਬਰੁਕ ਰੱਖਾਂਗਾ। ਸਾਡਾ ਤੇ ਅਕੀਦਾ ਏ ਔਰ ਅਕੀਦਾ ਐਸਾ ਬਦੀਹੀ ਅਕੀਦਾ ਏ। ਵੇਖੋ ਨਾ, ਸੁਬਹਾ ਸੂਰਜ ਚੜ੍ਹਦਾ ਹੈ ਨਾ, ਅਗਰ ਕੋਈ ਬੰਦਾ ਆ ਕੇ ਬਈ ਦਲੀਲ ਦੇ ਸੂਰਜ ਕਿੱਥੇ, ਤੇ ਬੰਦਾ ਆ ਕੇਗਾ ਤੂੰ ਅੰਨੇ ਹੈ, ਉਹ ਤੂੰ ਅੰਨਾ, ਤੈਨੂੰ ਨਹੀਂ ਨਜ਼ਰ ਆ ਰਿਹਾ ਸਾਹਮਣੇ, ਵੀ ਦਲੀਲ ਦੇਣ ਦੀ ਜ਼ਰੂਰਤ ਕਿਹੜੀ ਹੈ, ਤੈਨੂੰ ਸਾਹਮਣੇ ਨਜ਼ਰ ਨਹੀਂ ਆ ਰਿਹਾ। ਇਸੇ ਤਰ੍ਹਾਂ ਖੁਦਾ ਦੀ ਕਸਮ ਏ, ਮੇਰੇ ਨਬੀ ਦੀ ਆਖਰੀ ਨਬੂਵਤ ਐਸਾ ਬਦੀ ਹੀ ਅਕੀਦਾ ਏ, ਇਹਦੇ ਵਾਸਤੇ ਕਿਸੇ ਦਲੀਲ ਦੀ ਜ਼ਰੂਰਤ ਹੈ ਨਹੀਂ ਜ਼ਰੂਰਤ ਹੈ। ਲੇਕਿਨ ਬਤੌਰ ਤਬਰਕ ਮੈਂ ਕਲਾਮੇ ਮੁਕੱਦਸ ਦੀ ਚੰਦ ਆਯਾਤ ਮੁਬਾਰਕਾਂ ਤੇਰੇ ਸਾਹਮਣੇ ਤਿਲਾਵਤ ਕਰਾਂਗਾ, ਜਿਹਦੇ ਅੰਦਰ ਮੇਰੇ ਰੱਬ ਨੇ ਇਸ ਅਕੀਦੇ ਨੂੰ ਵਾਜ਼ੇ ਕੀਤਾ ਕਿ ਮੇਰਾ ਪੈਗੰਬਰ ਸਭ ਤੋਂ ਪਹਿਲੇ ਹਜ਼ਰਤ ਆਦਮ ਆਏ, ਹਜ਼ਰਤ ਆਦਮ ਨਬੂਵਤ ਦਾ ਸਿਤਾਰਾ ਬਣ ਕੇ ਆਏ, ਹਜ਼ਰਤ ਨੂਹ ਆਏ ਨਬੂਵਤ ਦਾ ਸਿਤਾਰਾ ਬਣ ਕੇ ਆਏ, ਹਜ਼ਰਤ ਇਬਰਾਹੀਮ ਆਏ ਨਬੂਵਤ ਦਾ ਸਿਤਾਰਾ ਬਣ ਕੇ ਆਏ, ਹਜ਼ਰਤ ਮੂਸਾ ਆਏ ਨਬੂਵਤ ਦਾ ਸਿਤਾਰਾ ਬਣ ਕੇ ਆਏ। ਲੇਕਿਨ ਜਦੋਂ ਮੇਰਾ ਪੈਗੰਬਰ ਆਇਆ, ਰੱਬ ਨੇ ਫਰਮਾਇਆ ਮੇਰੇ ਸੋਹਣਿਆ, ਮੈਂ ਉਹਨਾਂ ਦੀ ਪਿਸ਼ਾਨੀ ਤੇ ਵੀ ਨਬੂਵਤ ਦੇ ਤਾਜ ਸਜਾਏ ਨੇ, ਲੇਕਿਨ ਤੂੰ ਮੇਰਾ ਆਖਰੀ ਪੈਗੰਬਰ, ਤੇਰੀ ਨਬੂਵਤ ਐਸੀ ਆਲਾ ਏ ਕਿ ਮੈਂ ਤੇਰੀ ਪਿਸ਼ਾਨੀ ਤੇ ਖਤਮੇ ਨਬੂਵਤ ਦਾ ਤਾਜ ਸਜਾਇਆ ਏ। ਇਲਾਹੁਲ ਆਲਮੀਨ ਨੇ ਕਲਾਮੇ ਮੁਕੱਦਸ ਦੇ ਅੰਦਰ ਫਰਮਾਇਆ ਫਰਮਾਇਆ ਮਾ ਕਾਨ ਮੁਹੰਮਦੁਨ ਅਬਾ ਅਹਦ ਮਿਨ ਰਿਜਾਲਿਕੁਮ ਵਲਾਕਿਨ ਰਸੂਲੁਲਲਾਹ ਵਖਾਤਮੁਨ ਨਬੀਯੀਨ। ਅੱਲਾ ਫਰਮਾਉਂਦੇ ਨੇ ਕਾਇਨਾਤ ਦੇ ਲੋਗੋ, ਮੇਰਾ ਮਹਿਬੂਬ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਇਤਨਾ ਅਰਫਾ, ਇਤਨਾ ਆਲਾ ਪੈਗੰਬਰ ਕਿ ਉਹਦੇ ਮੁਖੜੇ ਦਾ ਜ਼ਿਕਰ ਹੋਏ, ਰੱਬ ਕੁਰਾਨ ਦੇ ਅੰਦਰ ਤਜ਼ਕਰਾ ਕਰੇ, ਮੇਰੇ ਨਬੀ ਦੇ ਰੁਖਸਾਰ ਦਾ ਜ਼ਿਕਰ ਹੋਏ, ਰੱਬ ਕੁਰਾਨ ਦੇ ਅੰਦਰ ਤਜ਼ਕਰਾ ਕਰੇ, ਮੇਰੇ ਨਬੀ ਦੀ ਜ਼ੁਲਫ ਦਾ ਜ਼ਿਕਰ ਆਏ, ਰੱਬ ਕੁਰਾਨ ਬਣਾ ਦੇ, ਮੇਰੇ ਨਬੀ ਦੇ ਸੀਨੇ ਦਾ ਤਜ਼ਕਰਾ ਆਏ, ਰੱਬ ਕੁਰਾਨ ਬਣਾ ਦੇ, ਮੇਰੇ ਨਬੀ ਦੇ ਹੱਥਾਂ ਦਾ ਤਜ਼ਕਰਾ ਆਏ, ਰੱਬ ਕੁਰਾਨ ਬਣਾ ਕੇ ਨਾਜ਼ਿਲ ਕਰ ਰਿਹਾ ਏ, ਮੇਰੇ ਨਬੀ ਦੇ ਕਦਮਾਂ ਦਾ ਜ਼ਿਕਰ
ذکر آ جائے رب قرآن بنا رہے آئے نانا کانگ دی مدنی مسجد دی اندر آن والیا میرا نبی جس ترتی تے قدم رکھ دے رب اونا قدم دا بھی ذکر قرآن دی اندر کر رہے آئے میرے نبی دی بیویاں دا ذکر ہوئے رب قرآن بنا دیندائے میرے نبی دی بیٹیاں دا ذکر ہوئے رب قرآن دی اندر تذکرے کر رہے آئے میرے نبی دی دامادہ دا تذکرہ ہوئے رب قرآن دی اندر ذکر کر رہے آئے میرے نبی دی اصحاب دا ذکر ہوئے رب قرآن بنا کے نازل کر رہے آئے رب کہنے میرے آسونے آم میں سارے نبیانو نبوتا عطا کی دیانے لیکن تیری پیشانی اتنی آلائے میں تیری پیشانی تے ختم نبوت دا تاج سجایا ہے ارے سب سے اول تھا جن کو بنایا گیا سب سے اول تھا جن کو بنایا گیا ارے تاج ختم نبوت سجایا گیا سب سے اول تھا جن کو بنایا گیا ارے تاج ختم نبوت سجایا گیا اور ایسی تصویر محبوب کی کھینچی دی ایسی تصویر محبوب کی کھینچی دی کہ خود خدا کو بنا کر سرور آ گیا سارے نبی حسن و جمال والے نے ہر نبی کمال والا ہے حضرت یوسف دا حسن بڑا کمال ہے جنہ عورتہ نے حضرت یوسف دے حسن نو تکیا اونا اپنیاں انگلیاں کٹ لیا اللہ دا قرآن شاہد ہے فرمایا وقت تانا ایدیا ہن وکل حاشا للہ ما ہزا بشارا ان ہزا الا ملکن کری مصر دی عورتہ نے کیا کہ یوسف دے حسن نو تک کے کہن لگیاں اے انسان نہیں لگ دا اے تے کوئی نوری فرشتہ محسوس ہو رہا ہے اے ہی تذکرہ جدو تیری اور میری ماں ام المومنین ماں عائشہ دے سامنے ہویا ماں عائشہ رضی اللہ تعالیٰ عنہ آپ نے فرمایا کہ جنہ حضرت یوسف نو تکیا او نا فقط انگلیاں کٹیاں نے اور جنہ میرے محبوب نو تکیا اے او نا اپنیاں جانے بار سٹیاں نے پھر میں کیوں نہ کہندا جاواں کہ ویکھیا جنہ یوسف نو اے انگلیاں کٹیاں تے آقا دے دیوانیاں نے اے جاناوار سٹیاں تے پیار دی اخیر دیکھی او دے عاشقین دی تے جگ دے حسینہ کوڑوں اے ود کے حسین دی اگر تینوں نہیں یقین آندا خدا دی قسمیں بدر دے مقام نو دیکھنا کنج میرے نبی دے جان سار میرے نبی دے جانا دین لے تیار کھڑے نے عہد دے مقام نو تک لینا اے کنج ستر صحابہ نے میرے نبی دے اپنیا جانا قربان کر دیتیاں نے اگر تینوں یقین نہیں آندا آنا ذرا تحریک نظام مصطفیٰ والے نو تک لینا اگر تینوں پھر بھی یقین نہ آئے تحریک نمو سے رسالت والے انو تک لینا تحریک نمو سے صحابہ والے انو تک لینا اگر تینوں یقین نہیں آندہ آنا ذرا غازی المدین نو تک لینا غازی ممتاز نو تک لینا انہا جانا دے کے دسی آئے کہ اسی کملی والے دے پروانے آم اور پروانے دا کم میں شمع تو اپنی جان نو قربان کر دینا نعرہ تکبیر
شانِ رسالت شانِ صحابہ حضرت مولانا انتظار احمد عثمانی صاحب تسی پتر تھوڑا تھوڑا بڑا نہ ہو جو پتر ایسے آنے بندے نو اگے آ جاندو علیا علامہ صاحب تے پیر صاحب انہاں دے تقریراں کرنیاں نے میں طالب علم اٹھو پتر اوتھے ہو جو اے ساتھیاں نو آن دو اگے سیاںے نو اٹھ جو پتر اللہ تینوں نیک بنائے او سائڈاں تے ہو جو ہاں سیاںے بندے اگے آ جان گے جزاک اللہ توجہ میری طرف ادھر ادھر نہیں تکی دا بیان ہو رہا ہوئے نا آجو 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 ماشاءاللہ تہاڈے واسطے سیٹاں ویلیاں کرا رہے ہیں اے باہر ویکھو نا جڑے ساتھی بیٹھے ہیں آجو اگے تشریف لے آؤ ماشاءاللہ آجو آجو کتنا ٹائم ہو گیا مولوی سرور ہاں جی نہیں مینو بیان کر دے نو کتنا اچھا پنجی منٹ ہی تہاڈے بڑے لمے نے مینوں تے پسینہ آ گیا میں نے ہلے پنجی منٹ ہوئے نہیں نہیں کوئی نہیں بات بن ساتھیوں سردی نہ لگے توجہ میری طرف شمع تے پروانے اپنی جان توجہ ایک تے بندے آندے نے نا تسی انج ویندے ہو نا پتہ نہیں وزیر اعظم آ رہے ملک دا مولویاں نو تے چلو ویکھو ادھر توجہ میری طرف پروانے دا کی کم ہوندا ہے شمع تو اپنی جان اپنی جان قربان کر دینا اے ہر پروانہ شمع اے میرا نبی شمع نبوت ہے نا میرا محبوب شمع نبوت صحابہ پروانے سا صحابہ نے اپنی جانا قربان کیتیاں تے ایسے لئی میں کہاں گا کہ اس شمع نبوت کے پروانے ہزاروں اسے شمع نبوت کے پروان ہزاروں ہیں اور ہر شہر میں آقا کے ہر ملک میں آقا کے دیوان ہزاروں خدا دی قسم ویکھنا مولانا حق نواز نے کنج اپنی جوانی قربان کر دیتی ہے مولانا اعظم طارق نے کنج گولیاں اپنے سینے تے برداشت کر لیاں نے او میرے نبی دی شمع نبوت دے پروانے سننا توجہ میری طرف خدا رام میں تینو سمجھانا اے چاریاں کہ جی میں میرے نبی دی نبوت سب تو آلہ اے انجے میرے نبی دا حسن بھی سب تو آلہ اے اسے لئے کہنے والے نے کیا ہے نا کہ یا صاحب الجمال و یا سید البشر من وجہ کل منیر لقد نور القمر لا یمکن الثناء کما کان حق بعد از خدا بزرگ توئی قصائی مختصر میرے سونے آم رب تو بعد سب تو عالی مقام میرے نبی دائے میرے نبی دے سینے دا ذکر آیا رب نے فرمایا عالم نشرا میرے نبی دے مدینے دا ذکر آیا رب نے فرمایا لا اقسمو بحاز البلد آنا میرے نبی دے ختم نبوت نو سمجھن واسطے رب دے قرآن تے غور کردا جانا الہ العالمین نے فرمایا یا ایوہ النبیو انا ارسلنا کا شاہدوں و مبشروں و نذیرہ و داعیاً الاللہ بإذنہ و سراجا منیرا میرے نبی دے اوصاف حمیدہ دا رب ذکر پیا کر دائے جدیاں تعریفاں رب کرے او دی توصیف دا حق کون دا کر سکدائے
अल्लाह फरमाते ने ऐ मेरे महबूब मैं रब ने तेनु शाहिद बनाया है, मैं रब ने तेनु मुबशर बनाया है, मैं रब ने तेनु दाईए इल्लाह बनाया है, इन्हां लोकां नू मेरे वल बुलाया करो ते नाले मेरे सोहणिया मैं तेनु नबूवत दा सूरज बनाया है। आए ना खत्म नबूवत दी दिली, मेरा नबी नबूवत दा की है, मेरा नबी नबूवत दा की है सूरज, मेरा नबी नबूवत दा सूरज है। रात है ना ऐ लाइटा नोटा बालिया ते जे दिने सही सूरज लगे दोपहर दा वक्त है ते कोई बंदा दीवा लैके ते इंज टुरदा फिर लोकां ने कहना तू पागल हो गया, इंज ही गल है ना भी तेनू नहीं नजर आ रहा सूरज ने सारी दुनिया नू रोशन किया है, तेनू कंग दी गलियां नजर नहीं आ रही है दीवा लई फिरने, तू पागल है बेवकूफ है, खुदा दी कसम है इसे तरह कादियानी भी पागल और बेवकूफ है, अल्लाह दी कसम है मेरे नबी दी नबुव्वत दा सूरज इसे तरह तलू है जिस तरह दुनिया दा सूरज सारी दुनिया नू रोशन कर रहा है, मेरे नबी दी नबुव्वत दा सूरज सारी दुनिया नू रोशन कर रहा है। आज अगर कोई कादियानी नू नबी मन रहा है, पेशवा मन रहा है, मुक्तदा मन रहा है, अल्लाह दी कसम है गुमराही है, ए जलालत है, ए जहन्नम दी तरफ जा रहे ने, जेड़ा मेरे नबी दे दामने रहमत नू छड़ रहा है वो जन्नत तक पहुंच सकदा नहीं, जन्नत तक इन्हां नू दावते फिकर दे। तलवंडी च बाबा ने शायद तुहाडा किसे नाल कोई तालक वास्ता होए मुहब्बत नाल दावत देनी चाहिए है, उन्हां नू दसना चाहिए कि देखो भाई एवें गुमराह पई हुंदी हो, मेरा नबी अल्लाह दा आखिरी नबी, मेरा नबी की अल्लाह दा, मेरे नबी तो बाद कोई नबी बन के। इलाहुल आलमीन ने फरमाया वमार सल्ला का इल्ला काफतल लिन्नास, इलाहुल आलमीन ने फरमाया मेरे सोने आम पैगंबर ते मैं आदम नू भी बनाया है, नबी ते मैं नूह अलैहि सलातु वस्सलाम नू भी बनाया है, इब्राहिम भी मेरा खलील बन के आया है, मूसा मेरा कलीम बन के आया है, ईसा मेरा कलीमा बन के आया है, लेकिन हर नबी दा इलाका महदूद है, हर नबी दा जमाना महदूद है, हर नबी दी उम्मत महदूद है, लेकिन जदों मेरे नबी दी बारी आई रब ने फरमाया सोनिया मैं तेरे जमाने नू भी ला महदूद कर दिता है, मैं तेरी उम्मत नू भी लिन्नास कह दिता है, आदम तो लैके कयामत दी सुबह तक पैदा होने वाला हर इंसान तू ओदा नबी बन के आया है, मेरे आ सोनिया मैं ते आदम तो लैके ईसा तक सारे नबिया नू आलमे अरवा च कह दिता सी के वा इज़ अख़ज़ अल्लाहु मीसाकन नबीना लमा आतैतुकुम मिन किताबिन व हिकमा सुम्मा जाकुम रसूलुम मुसद्दिकुल लिमा माकुम लतुमिनुन बिही व लतनसुरुन्ना, ए आदम ईसा तक जितने नबी मौजूद ने मैं रब तेनु नबूवत अता करांगा, लेकिन अगर तेरी मौजूदगी चे मेरा नबी आ गया तुसी मेरे नबी दे मुक्तदी बन जाओगे। फिर रब ने हजरत आदम तो लैके हजरत ईसा तक तमाम अंबिया नू मस्जिद अकसा च जमा कर दिता है, रब ने कहा जिबरील जी रबे जी जा मेरे सोने नू अरशां ते लैके आ, मेराज ते रब ने बाकी नबियां नू भी कराया, इब्राहिम नू मेराज होया नारे नमरूद नू, ये हजरत मूसा नू मेराज होया कोहे तूर ते, ते मेरे नबी दी बारी आई रब ने कहा जिबरील जा मेरे सोने नू अरशां ते लै आ, मेरे नबी दी नबूवत ते अरशे मुअल्ला तक के ना, मेरे नबी दा नाम अरशे मुअल्ला ते रब ने अपने नाम दे नाल लिखिया, फरमाया जिब्रील जा मेरे सोने नू लै के आ, हजरत जिब्रील आ गए, या अल्लाह तेरा नबी आराम कर रहे हुण बिदार किंज करा, या मुहम्मद कह के पुकारा, रब कहंदे जिब्रील मैं सारे कुरान च अपने नबी नू या मुहम्मद कह के पढ़ के देख लो किसे जगह ते या मुहम्मद आए, अल्लाह फरमाने मैं रब्बा ओ मेरा महबूबे
मैं किधरे या यूहन नबी कह के पुकारे है, कदे या यूहन रसूल कह के पुकारे है, कदे या यूहन मुजम्मिल कह के पुकारे है, किधरे या यूहन मुद्दसिर कह के पुकारे है, मैं किधरे ताहा कह के पुकारे आए, किधरे यासीन कह के पुकारे आए, कदे या यूहन नबी के आए, मैं अपने नबी दा नाम तो नहीं पुकारे आ, लकब तो पुकारे आए। ये इज्जत होंगी, ये इकराम होंगे। जिस तरह मुफ्ती साहब बैठे ने ना, मैं नाम भी ले सकना, लेकिन मैं कहूँ हजरत मुफ्ती साहब ये इकराम है, इन्हों का एहसास है। तो रब कहना मेरे नबी का मकाम इतना आला है, मैं उदा रब हाँ, पर मैं उन्होंने ना लैके नहीं पुकारे, मैं उन्होंने लकब तो पुकारे। ते जिबरील तू ते मेरे नबी दा खादम है, तू नाम लेके किंज पुकार सकने, या अल्लाह फिर मैं बेदार किंज करा। अल्लाह फरमाने अपने ऐ काफूरी लब जेड़े ने मेरे नबी दी तलियां दे नाल ला देना, ताकि कायनात नूं पता चल जाए मकाम बशर दा आला है या नूर दा आला है। आना जरा, हजरत जिबरील ने अपने लब मुबारक लाए ने मेरे नबी दे कदमा दे नाल लाए ने, और जुबाने हाल नाल हजरत जिबरील कहंदे ने कि ना जन्नत की कलियों में देखा, अरे मजा जो मुहम्मद की तलियों में देखा। मेरे महबूब बेदार हुए, हजरत जिबरील नाल बुराक लैके आए सर। हजरत जिबरील ने कहा सोने सवार हो, उते आदम तो लैके ईसा तक सारे मुंतजिर खलोते ने, सारे अक्सा दे अंदर खड़े ने। ते मेरे महबूब आप सवार हुए ने, ते सवारी ने टुरना शुरू किया, तवज्जो मेरे तरफ। दस दस रुपये ने इधर की वेखना, जी मेरे वाल वेखो, मैं टेल लाई जाना, मौलवी सरवरे ननवारे लाई खलोते, वो ते तुहानू रीस ला रहे कम करो कुछ। मौलवी सरवर तो साडा अपना बंदा है, वो दिल करे वो रख ले, मैं रख लो एक ही गल है। हाँ तवज्जो मेरी तरफ, इधर ना वेखो सो, मौलवी सरवर साहब नेक बंदे ने, यह सारी मसीत बना रहे ने, लेकिन हूँ पता नहीं इनू की अड़ी लग गई है। डेढ़ महीना हो गया, मैं यार जी रही बना दें, कल न बनावा, वो यदि कल नहीं आ रही, पता नहीं क्यामत आए दिन आने। कहते ना कल क्यामत, वो कल मैं इंशाला वह इफ्तिताह का इरादा है। ए रमज़ान तो पहले पहले साढ़े पीरो मुर्शिद ने हजरत मुफ्ती हसन साहब दुआ करो, अल्लाह पाक वो जुमला जरूरियात मस्जिद दी पूरी कर दे। मेरा इरादा है कि हजरत दे यानी उत्ते तशरीफ लियान, उत्ते कोई एक जगह पर नमाज पढ़ दे, फिर असी सारी जिंदगी उत्ते नमाज पढ़ते रही हैं। तो नेक बंदे ने, तो मैं की गल कर रहा सा, लो हूँ की गल तुर रही थी, हजरत जिब्राइल अलैहिस्सलाम, वाह ए वेरी गुड बंदा। तो हजरत जिबरील ने लिया के बुराक खड़ा किया ना, मेरे महबूब सवार हो जाओ, तो मेरे महबूब अली सलातू असलाम दी हुण सवारी ने टुरना शुरू किया। मेरे नबी दी अजमत मकाम देख मेरे नबी दा, अरे शाहे कौने ने की जब सवारी चली आसमां से जमीन तक सफे बिछी गई, शाहे कौने ने की जब सवारी चली, अरे आसमां से जमीन तक सफे बिछी गई, अंबिया आ गए मुरसली आ गए मुक्तदी आ गए तो इमाम आ गया। मेरे नबी दा मकाम इतना आला है, रब ने हजरत आदम तो लैके हजरत ईसा तक तमाम अंबिया नू मुक्तदी बना दिता है, ये मेरे नबी दा मकाम है। मेरे नबी दी नबूवत इतनी आला है, रब ने फरमाया कुल या अय्युहन्नासु इन्नी रसूलुल्लाह इलैकुम जमीया। मेरे सोने मैं सारी कायनात वास्ते
واسطے توجہ میری طرف میرے سونے آم میں ساری کائنات واسطے تینو نبی بنایا ہے رب نے جدو اپنا تذکرہ کیتا اللہ نے فرمایا الحمدللہ رب العالمین تے جدو میرے نبی دا تذکرہ آیا رب نے فرمایا فما ارسلناک الا رحمۃ للعالمین ایتھے کرسی لاؤ مولا ماشاء اللہ مولا اصغر قاسمی صاحب نال سانو محبت ہے اللہ انہاں نوں صحت کاملہ عطا فرمائے مینوں کہا سی 9 بجے تسی بیان چھڑ دینا تے میرے 10 منٹ رہندے نے کوئی 10 منٹ برداشت کر لو گے ماشاء اللہ اللہ تین جو جائے تے اٹھا کھلا زور لگا تے اے بس 5-10 منٹ نے پھر ساڈے ملک دے نامور نعت خواں اور شاعر اللہ پاک نے انہوں نے بڑا ملکہ عطا کیتا ہے بڑی آواز تو نوازے ہے حضرت کل کشمیر دے اندر سن تے مینوں تے ڈر لگ رہا سی میں کدھر آن ہی نہ تے او کنگ والے کہنا چنگا ٹائم لے کے دیتے وہ آئے کو نہیں اللہ انہوں نے جزائے خیر دے اے بڑا طویل سفر کر کے تشریف لے آئے 5-10 منٹ بس میں ایک دو گل عرض کراں گا ختم نبوت تے پھر ساڈے نعت خواں بھائی تشریف لے کے آن گے تے اللہ پاک نے جدو اپنا ذکر کیتا رب نے کہا میں رب ہاں سارے ہاں بولو بولو سارے سارے جہاناں دا الحمدللہ رب العالمین فرمایا میں رب ہاں سارے جہاناں دا تے میرے سونے ہاں میں تینوں رحمت بنایا ہے سارے جہاناں لئی اسی لئی میں اکثر کہندا ہوں نا ارے وہ آئے ہیں جہاں میں رحمۃ للعالمین ہو کر وہ آئے ہیں جہاں میں رحمۃ للعالمین ہو کر اور پناہیں بے کسا بن کر شفیع المذنبین بھی ہو کر اور قدم بوسی کی دولت مل گئی تھی چند ذروں کو قدم بوسی کی دولت مل گئی تھی چند ذروں کو ابھی تک وہ چمکتے ہیں ستاروں کی جبھی ہو کر الہ العالمین نے فرمایا میرا نبی آخری نبی ہے اور میرے محبوب علیہ الصلوۃ والسلام آپ نے فرمایا انا خاتم النبیین لا نبی بعدی میری امت دے لوگوں میں اللہ دا آخری نبی ہوں میرے تو بعد کوئی نبی نہیں آئے گا عالم اروا دے اندر بھی میرے نبی دی ختم نبوت دا تذکرہ ہے عالم دنیا دے اندر بھی میرے نبی دی ختم نبوت دا تذکرہ ہے عالم برزخ دے اندر بھی علماء نے لکھے تفسیر در منصور دے اندر کہ جدو منکر نکیرہ کے سوال کرن گے مر رب کا دس تیرا رب کون ہے بندہ کہے گا ربی اللہ میرا رب اللہ ہے اور فرشتے کہیں گے من نبیوں کا دسنا تیرا نبی کون ہے اس وقت بھی بندہ بول کے کہے گا محمد النبی وہو خاتم النبیین میرا نبی محمد صلی اللہ علیہ وسلم نے محمد کیڑا جڑا رب دا آخری نبی بن کے آیا ہے میرے محبوب علیہ الصلوۃ والسلام آپ دی مبارک زندگی دی اندر مسیلمہ کذاب نے اعلان نبوت کر دیتا اس بےمان نے میرے نبی نو خط لکھ دیتا کہن لگا میں بھی نبی ہاں انج کرو نصف دنیا دے نبی تسی بن جاؤ نصف دنیا دا نبی میں بن جانا میرے محبوب نے فرمایا میں تے اللہ دا نبی ہاں اور تو کذاب ہے تو کی ہے بولو بولو تو کی ہے کذاب ہے اے کہنا بھی ثواب ہے تو کی ہے
तू कज़्ज़ाब है। मेरे महबूब ने फरमाया ना तू की है, इसे लिए कादियानी बेईमान भी कज़्ज़ाब है, इन्हें नबूवत का दावा किया। मेरे महबूब ने फरमाया लो ये खत केड़ा मेरा यार है जड़ा इस बेईमान तक पहुंचाएगा मुसैलमा कज़्ज़ाब तक। हजरत हबीब बिन जैद रजी अल्लाह ताला अन्हु 19 साल दा नौजवान सहाबी है, इन्हें कह यार रसूल अल्लाह मैं जावांगा, इन्हें खत लिया मुसैलमा को पहुंच गया। मुसैलमा कज़्ज़ाब ने खत खोलिया, उन्हें जो वेखिया ये अंदर लिखा है अंत कज़्ज़ाब, तू झूठा है तू कज़्ज़ाब है। इन्हू बड़ा गुस्सा आया, इन्हें हजरत हबीब बिन जैद नू पकड़ लिया, कह लगा कह मैं अल्लाह दा सच्चा नबी हाँ। हजरत हबीब बिन जैद ने किया मेरे कान तेरी बकवास नहीं सुन दे, उन्हें क्या दस मुहम्मद दे बारे तेरा की अकीदा है। हजरत हबीब ने किया मेरे महबूब ते अल्लाह दे आखिरी नबी बन के आए ने। इस बेईमान ने हजरत हबीब बिन जैद की उंगल कट दी, तो दोबारा फिर पूछे हजरत हबीब ने कहा साड़ी तो वही गल है, असी तो अल्लाह के नबी नू आखिरी मान लिया, असी नहीं किसी बेईमान नू मनते मुनते। जज्बा देखो साहब, दूसरी उंगल कट दी, तीसरी हत्ता के पूरा बाजू कट दिता, दूसरा बाजू कट दिता, लत्तां कट दितियां, पूरे जिस्म दा टुकड़ा टुकड़ा कर दिता। लेकिन खुदा दी कसम है मरदे वक्त भी हजरत हबीब बिन जैद ने कहा मैं मुहम्मद सल्लल्लाहु अलैहि वसल्लम अल्लाह का आखिरी नबी ही मानना, मैं तेनू कज़्ज़ाब ते बेईमान मानना, मैं तेनू नबी नू भी मैं नहीं मानता तेनू नबी। ते हजरत उम्मे अम्मारा रजी अल्लाह तआला ना यह वालदा सन हजरत हबीब बिन जैद, इन्हें तक किसी ने पैगाम पहुँचाया तेरा बेटा शहीद हो गया, तेनू पता इंज करके शहीद किया। हजरत उम्मे अम्मारा का जज्बा देखो, उन्हें कहा कोई बात नहीं मैं ते अपने पुत्र नू दुध ही इसे लिए पिलाया सी, वो कमली वाले ते अपनी जान कुर्बान कर दी। ए सहाबा दे जज्बे सन, ए सहाबा दे की सन, खुदा दी कसमें मसला खत्मे नबूवत इतना हसास मसला है। मेरे नबी दे दौरे नबूवत दे अंदर 74 जंगा लड़िया गई, कितनिया 74 लड़ाइया हुई और सहाबा शहीद हुए 259 सहाबा शहीद हुए, और कल्ला मार का जड़ा हजरत अबू बकर सिद्दीक ने लड़िया खत्मे नबूवत दे मुतालिक मुसैलमा कज़्ज़ाब दे खिलाफ 1200 सहाबा शहीद हुए। कितने 1200 सहाबा ने अपनी जान दे के दस्या है कि मसला इतना अहम है, अपनी जान दिती जा सकती है लेकिन मेरे नबी तो बाद किसे नू नबी मन्या जा सकदा नहीं मन्या जा सकदा। और इंशाअल्लाह अज़ीज़ जदो तक इस जिस्म दे अंदर जान बाकी है ए खून दे कतरा चल रहे ने, इंशाअल्लाह साडे अकाबरीन ने भी सैयद अताउल्लाह शाह बुखारी रहमतुल्लाह अलैह दी कियादत दे अंदर खत्मे नबूवत दा दिफा कीता है, असी भी इंशाअल्लाह मरते दम तक खत्मे नबूवत दा इंशाअल्लाह दिफा करांगे। इंशाअल्लाह हाथ उठा के इंशाअल्लाह इंशाअल्लाह असी खत्मे नबूवत वास्ते तन मन धन हर चीज दी कुर्बानी पेश करांगे इंशाअल्लाह। जिंदगी बाकी, मुलाकात बाकी, आखिर दावाना अलहम्दुलिल्लाह रब्बिल आलमीन।